ਸਾਡੇ ਪਿੰਡ ਦੇ ਵਿੱਚ 18-18 ਸਾਲਾਂ ਦੇ ਨੌਜਵਾਨ 16-16 ਸਾਲਾਂ ਦੇ ਨੌਜਵਾਨ 16-17 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਆ 16-16 ਸਾਲਾਂ ਦੇ ਨੌਜਵਾਨ ਆ ਜਿਹੜੇ ਉਹ ਚਿੱਟੇ ਦੀ ਭੇਟ ਚੜ ਰਹੇ ਨੇ ਕਈ ਨੌਜਵਾਨਾਂ ਦੀ ਇੱਥੇ ਮੌਤ ਹੋ ਚੁੱਕੀ ਆ ਆਹ 2-3 ਦਿਨਾਂ ਦੇ ਵਿੱਚ ਸਾਡੇ ਜ਼ਿਲ੍ਹੇ ਬਠਿੰਡੇ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ 3 ਨੌਜਵਾਨਾਂ ਦੀ ਮੌਤ ਹੋ ਗਈ ਇੱਕ ਨੌਜਵਾਨ ਦੀ ਮੌਤ ਜਗਾ ਰਾਮ ਤੀਰਥ ਹੋ ਗਈ ਸਿਰਫ ਚਿੱਟੇ ਦਾ ਕਰਕੇ ਇਹ ਬੋਰ ਇਸੇ ਕਰਕੇ ਲਾਇਆ ਗਿਆ ਇੱਥੇ ਵੀ ਚਿੱਟਾ ਇੱਧਰ ਮਿਲਦਾ ਹੈ ਇੱਧਰ ਪਿੰਡ ਹੈ ਇੱਕ ਮੈਂ ਨਾਮ ਨਹੀਂ ਨਾਮ ਵੀ ਲੈ ਦੂੰਗਾ ਅੱਗੇ ਸਾਡੇ ਪਿੰਡ ਦਾ ਬੁਰਾ ਹਾਲ ਹੋਇਆ ਪਿਆ ਗਿਆ ਕਿਉਂਕਿ ਜਿਹੜੇ ਵੇਚਣ ਵਾਲੇ ਆ ਨਾ ਚਿੱਟਾ ਉਹ ਸ਼ਰੇਆਮ ਵੇਚਦੇ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਉਹਨਾਂ ਨੂੰ ਕਿਸੇ ਦਾ ਕੋਈ ਖੌਫ ਨਹੀਂ ਹੈਗਾ ਉੱਥੋਂ ਦੀਆਂ ਮਾਵਾਂ ਵੀ ਇਕੱਠੀਆਂ ਹੋਈਆਂ ਉਹਨਾਂ ਨੇ ਵੀ ਕਮੇਟੀ ਬਣਾਈ ਕਿ ਪਿੰਡ ਦੇ ਵਿੱਚ ਜਿਹੜਾ ਚਿੱਟਾ ਸੀ ਉਹ ਰੋਕਣਾ ਕਿਵੇਂ ਬੰਦ ਕਰੀਏ ਸੋ ਤੁਸੀਂ ਇੱਥੇ ਹਾਲ ਦੇਖ ਸਕਦੇ ਹੋ ਇਹ ਹਾਲ ਆ ਪਿੰਡ 'ਚ ਇਹ ਰੋਡ ਜਾਂਦੀ ਆ ਇੱਥੇ ਤੁਹਾਨੂੰ ਮੈਂ ਦਿਖਾ ਦੂੰਗਾ ਮੋਟਰਸਾਈਕਲਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਸ਼ਾਮ ਦੇ ਟਾਈਮ ਜਾਂ ਦੁਪਹਿਰ ਦੇ ਟਾਈਮ ਨੌਜਵਾਨਾਂ ਦੀਆਂ ਚੰਗੇ ਨੌਜਵਾਨ 6-6 ਫੁੱਟੇ ਨੌਜਵਾਨ ਆ ਜਿਹੜੇ ਉਹ ਚਿੱਟੇ ਦੀ ਭੇਟ ਚੜ ਰਹੇ ਨੇ ਪਰ ਇੱਥੋਂ ਦੀ ਸਰਕਾਰ ਇੱਥੋਂ ਦਾ ਪ੍ਰਸ਼ਾਸਨ ਆ ਜਿਹੜਾ ਉਹ ਗੂੜੀ ਨੀਂਦ ਸੁੱਤਾ ਪਿਆ ਗਾ ਪਿੰਡ ਦੇ ਵਿੱਚ 4-5 ਜਣੇ ਆ ਜਿਹੜੇ ਉਹ ਸ਼ਰੇਆਮ ਚਿੱਟਾ ਵੇਚ ਰਹੇ ਨੇ ਪਰ ਪਰਚੇ ਕਿਹਦੇ ਦਿੱਤੇ ਜਾ ਰਹੇ ਆ ਬੇਕਸੂਰ ਨੌਜਵਾਨਾਂ 'ਤੇ ਲੱਖੇ ਸਿਧਾਣੇ 'ਤੇ NDPS ਦਾ ਪਰਚਾ ਦਿੱਤਾ ਜਿਹੜਾ ਬੰਦਾ ਕਿ ਚਿੱਟੇ ਦੇ ਖਿਲਾਫ ਲਗਾਤਾਰ 15-16 ਸਾਲਾਂ ਤੋਂ ਬੋਲ ਰਿਹਾ ਹੈਗਾ ਸੋ ਸਾਰੇ ਭਰਾਵਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਇਹ ਵੀਡੀਓ ਆ ਜਿਹੜੀ ਉਹ ਵੱਧ ਤੋਂ ਵੱਧ ਪ੍ਰਸ਼ਾਸਨ ਤੱਕ ਪਹੁੰਚਦੀ ਕੀਤੀ ਜਾਵੇ ਜੇ ਇੱਥੋਂ ਦੀ ਪੁਲਿਸ ਬੇਖਬਰ ਆ ਤਾਂ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਕੀਤੀ ਜਾਵੇ ਕਿਰਪਾ ਕਰਕੇ ਕਿ ਆਹ ਹਾਲ ਆ ਪਿੰਡਾਂ ਦੇ ਵਿੱਚ ਸਾਡੇ ਜੋਧਪੁਰ ਭਾਈ ਬਖਤੌਰ ਕੋਟਪੱਤਾ ਕੋਟਪਰਾ ਇਹ ਪਿੰਡਾਂ ਦੇ ਵਿੱਚ ਆਹ ਹਾਲ ਹੋਇਆ ਹੋਇਆ ਚਿੱਟੇ ਦਾ ਸ਼ਰੇਆਮ ਚਿੱਟਾ ਵਿਕ ਰਿਹਾ ਇੱਥੇ ਕੋਈ ਵੀ ਰੋਕਣ ਵਾਲਾ ਨਹੀਂ ਹੈਗਾ ਜੇ ਕੋਈ ਰੋਕਦਾ ਤਾਂ ਇਹ ਜਿਹੜੇ ਚਿੱਟੇ ਦੇ ਤਸਕਰ ਨੇ ਉਹਨੂੰ ਮਾਰਨ ਤੱਕ ਜਾਂਦੇ ਨੇ ਸ਼ਾਇਦ ਮੇਰੀ ਇਹ ਵੀਡੀਓ ਤੋਂ ਬਾਅਦ ਮੈਨੂੰ ਵੀ ਕੁਛ ਕੋਈ ਨੁਕਸਾਨ ਪਹੁੰਚਾ ਦੇ ਪਰ ਆਪਾਂ ਨੂੰ ਕਿਸੇ ਦਾ ਡਰ ਨਹੀਂ ਹੈ ਕਿਸੇ ਗੱਲੋਂ ਜਦੋਂ ਮਰਨਾ ਉਦੋਂ ਮਰਨਾ ਹੀ ਆ ਠੀਕ ਹੈ ਇਹ ਤੈਅ ਆ ਪਰ ਜੇ ਪੰਜਾਬ ਬਚਾਉਣਾ ਜੇ ਤੁਸੀਂ